ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਜਾਂਦੀ ਰਾਜਸਥਾਨ ਫੀਡਰ ਨਹਿਰ 'ਚ 4 ਫੁੱਟ ਪਾੜ ਪੈ ਗਿਆ ਪਰ ਇਸ ਦੌਰਾਨ ਫਸਲਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਪਾੜ ਪੈਣ ਤੋਂ ਬਾਅਦ ਪਾਣੀ ਸਿੱਧਾ ਚੰਦ ਭਾਨ ਡਰੇਨ 'ਚ ਡਿੱਗ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪ੍ਰਸ਼ਾਸਕੀ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਆਖਿਆ ਕਿ ਇਸ ਪਾੜ ਨੂੰ ਜਲਦੀ ਹੀ ਭਰ ਦਿੱਤਾ ਜਾਵੇਗਾ ਜਿਸ ਦੇ ਬਾਅਦ ਇਲਾਕਾ ਨਿਵਾਸੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਨਹਿਰ ਦੀ ਸਫਾਈ ਲੰਬੇ ਸਮੇਂ ਤੋਂ ਨਹੀਂ ਹੋਈ ਹੈ ਜਿਸ ਬਾਰੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਦਾ ਪ੍ਰਪੋਜ਼ਲ ਸਰਕਾਰ ਨੂੰ ਭੇਜਿਆ ਹੋਇਆ ਪਰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਪ੍ਰਪੋਜ਼ਲ ਪਾਸ ਹੋਣ ਤੋਂ ਬਾਅਦ ਤੁਰੰਤ ਹੀ ਨਹਿਰ ਦੀ ਸਫਾਈ ਕਰਵਾਈ ਜਾਵੇਗੀ। ਨਹਿਰ ਦੀ ਲੀਕੇਜ ਅੱਜ ਮਾਰਨਿੰਗ ਸ਼ੁਰੂ ਹੋਈ ਹੈ, ਰਾਤੀ ਡਿਊਟੀ ਸੀਗੀਆਂ ਆਪਣੇ ਸਟਾਫ ਦੀਆਂ, ਸਵੇਰੇ ਉਹਨਾਂ ਨੇ ਇੰਟੀਮੇਟ ਕੀਤਾ ਕਿ ਇੱਥੇ ਲੀਕੇਜ ਹੋ ਰਹੀ ਹੈ ਅਤੇ ਇਹਦੇ ਬਾਰੇ ਹਾਇਰ ਅਥੋਰਟੀਜ਼ ਨੂੰ ਆਪਾਂ ਇੰਟੀਮੇਸ਼ਨ ਦਿੱਤੀ ਹੈ ਅਤੇ ਹਾਇਰ ਅਥੋਰਟੀਜ਼ ਜਿਵੇਂ ਵੀ ਅੱਗੇ ਡਾਇਰੈਕਸ਼ਨਸ ਦੇਣਗੇ ਉਵੇਂ ਹੋ ਜਾਊਗਾ। ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸੀ ਇਹਦੇ ਬਾਰੇ? ਮੈਨੂੰ ਮਾਰਨਿੰਗ 9 ਵਜੇ ਪਤਾ ਲੱਗਿਆ ਇਸ ਚੀਜ਼ ਦਾ ਅਤੇ ਉਸ ਤੋਂ ਬਾਅਦ ਐਸਕੇਪ ਅੱਗੇ ਪੈਂਦੀ ਹੈ 313 ਬੁਰਜੀ 'ਤੇ, ਉਹ ਐਸਕੇਪ ਖੁਲਵਾ ਦਿੱਤੀ ਗਈ ਆ, ਉਹਦੇ ਨਾਲ ਪਾਣੀ ਦਾ ਲੈਵਲ ਥੋੜ੍ਹਾ ਡਾਊਨ ਹੋ ਗਿਆ। ਅਤੇ ਇਹਦੇ ਨਾਲ ਕਿੰਨਾ ਖਤਰਾ ਲੱਗਦਾ ਵੀ ਜੇ ਇਹ ਇੱਥੋਂ ਕਿੰਨਾ ਖੋਇਆ ਲੀਕੇਜ ਜੀ? ਲੀਕੇਜ ਹਾਲੇ ਤਾਂ ਥੋੜ੍ਹੀ ਹੋ ਰਹੀ ਹੈ ਕਿਉਂਕਿ ਅੱਗੇ ਐਸਕੇਪ ਖੁਲਵਾ ਦਿੱਤੀ ਗਈ ਆ ਨਾ, ਉਹਦੇ ਨਾਲ ਥੋੜ੍ਹਾ ਕੰਟਰੋਲ ਦਾ ਸੀ। ਸਫਾਈ ਨਹੀਂ ਹੋਈ ਮੈਮ, ਕਾਫੀ ਲੰਬੇ ਸਮੇਂ ਤੋਂ ਲੋਕਾਂ ਦਾ ਇਤਰਾਜ਼ ਹੈ ਵੀ ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਇਹਦੀ ਸਫਾਈ ਦਾ ਦੇਖੋ ਜੀ ਪ੍ਰਪੋਜ਼ਲ ਭੇਜਿਆ ਹੋਇਆ SCFCC ਨੂੰ ਅਤੇ ਉਹ ਜਿਵੇਂ ਵੀ ਅੱਗੇ ਉਹਨਾਂ ਦਾ ਡਿਸੀਜਨ ਹੋਊਗਾ, ਜਿਵੇਂ ਉਹਨਾਂ ਦੇ ਡਾਇਰੈਕਸ਼ਨਸ ਆਰਡਰ ਆਉਣਗੇ ਉਵੇਂ ਉਹਦੀ ਸਫਾਈ ਹੋ ਜਾਊਗੀ।